ਸੰਗਰੂਰ ਦੇ ਧੂਰੀ ਵਿਖੇ ਕੋਲਡ ਸਟੋਰੇਜ ਵਿੱਚ ਹੋਏ ਧਮਾਕੇ ਕਾਰਨ ਮਰਨ ਵਾਲਿਆਂ ਦਾ ਅੰਕੜਾ 4 ਤੱਕ ਪਹੁੰਚ ਗਿਆ ਹੈ ਅਤੇ 17 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਨੇ। 4 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਕਿ ਲੁਧਿਆਣਾ ਰੈਫਰ ਕੀਤਾ ਗਿਆ ਹੈ। ਦੱਸ ਦਈਏ ਕਿ ਗੈਸ ਦੇ ਰਿਸਾਵ ਦੇ ਕਾਰਨ ਇਹ ਧਮਾਕਾ ਹੋਇਆ ਇਹ ਦੱਸਿਆ ਜਾ ਰਿਹਾ ਹੈ। ਜਿਸ ਵੇਲੇ ਧਮਾਕਾ ਹੋਇਆ ਕਰੀਬ 11 ਲੋਕ ਅੰਦਰ ਕੰਮ ਕਰ ਰਹੇ ਸਨ। ਫਿਲਹਾਲ ਮਾਮਲੇ ਦੀ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ। ਇੰਜਰਡ 14 ਸੀ, ਸੋ ਜਿਨ੍ਹਾਂ ਨੂੰ ਗੈਸ ਇਨਹੇਲੇਸ਼ਨ ਹੋਈ ਸੀ, ਕਿਉਂਕਿ ਗੈਸ ਇਹਦੇ 'ਚ ਅਮੋਨੀਆ ਗੈਸ ਹੁੰਦੀ ਹੈ, ਉਹਦੇ ਕਰਕੇ ਵੀ ਥੋੜ੍ਹਾ, ਪਰ ਉਹ ਸਟੇਬਲ ਨੇ ਸਾਰੇ। ਸਰ ਕੀ ਸਾਹਮਣੇ ਕੀ ਆਇਆ, ਮਤਲਬ ਕਿਸ ਤਰ੍ਹਾਂ ਹੋਇਆ ਹਾਦਸਾ, ਜਿਵੇਂ ਪਬਲਿਕ ਨੇ ਦੱਸਿਆ? ਇਹ ਇਸ ਤਰ੍ਹਾਂ ਦੱਸਣਾ ਤਾਂ ਕੋਈ ਮੁਸ਼ਕਲ ਹੈ ਜੀ, ਕਿਉਂਕਿ ਇਹਦੀ ਇਨਵੈਸਟੀਗੇਸ਼ਨ ਹੋਊਗੀ, ਅਸੀਂ ਇਨਵੈਸਟੀਗੇਸ਼ਨ ਵੀ ਕਰਾਵਾਂਗੇ, ਟੈਕਨੀਕਲੀ ਇਹਦੀ ਦੇਖਣਾ ਪੈਣਾ ਵੀ ਕਿਵੇਂ ਹੋਇਆ ਹੈ।